ਪੰਜਾਬ ਦੇ 13 ਉਮੀਦਵਾਰਾਂ ਦਾ ਹੀ ਵਿਰੋਧ ਹੋ ਰਿਹਾ, ਕਿਸਾਨ ਜਥੇਬੰਦੀਆਂ ਕਰ ਰਹੇ, ਲੇਕਿਨ ਹੰਸ ਦਾ ਬਹੁਤ ਵਿਰੋਧ ਹੋ ਰਿਹਾ। ਤਾਂ ਲੱਗਦਾ ਕਿ ਜਿਵੇਂ ਉਹ ਇਲਜ਼ਾਮ ਲਗਾ ਰਹੇ ਕਿ ਮੈਂ ਵਾਲ ਬੱਚਿਆਂ, ਮੇਰੇ ਨਾਲ ਡਾਂਗਾਂ ਸੁੱਟ ਗੰਡਾਸਿਆਂ ਦੇ ਨਾਲ ਹਮਲਾ ਹੋਣ ਲੱਗਿਆ ਸੀ ਮੈਨੂੰ, ਅਤੇ ਕਿਸਾਨ ਨੇਤਾ ਸੁਰਜੀਤ ਸਿੰਘ ਫੂਲ ਸਾਹਿਬ ਬਚਾ ਗਏ ਨੇ। ਇਹ ਵਿਚਾਰਾ ਬਣਿਆ ਜਾ ਰਿਹਾ ਕਿ ਜਾਂ ਕੋਈ ਅਜਿਹੀ ਸਾਜਿਸ਼ ਘੜੀ ਜਾ ਰਹੀ ਹੈ ਕਿ ਜਿਹਦੇ ਨਾਲ ਦੋ ਜਾਤਾਂ ਦੇ ਵਿਚਕਾਰ ਪੰਗਾ ਪੈ ਜਾਵੇ, ਇੱਕ ਬਨਾਮ ਜੱਟ ਬਣ ਜਾਵੇ, ਦੂਜੇ ਬਨਾਮ ਦਲਿਤ ਬਣ ਜਾਵੇ। ਮੈਨੂੰ ਇਹ ਤੋਂ ਵੀ ਅੱਗੇ ਲੱਗਦਾ, ਜੱਟ ਬਨਾਮ ਦਲਿਤ ਵੀ ਅਤੇ ਜੱਟ ਬਨਾਮ ਬਾਣੀਆਂ ਵੀ, ਜਾਂ ਜੱਟ ਬਨਾਮ ਵਪਾਰੀ ਵਰਗ ਵੀ, ਇਹ ਵੀ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਖੋ, ਕੁਛ ਨਾ ਕੁਛ ਗਲਤੀਆਂ ਕਿਸੇ ਨਾ ਕਿਸੇ ਧਿਰ ਤੋਂ ਕਦੇ ਨਾ ਕਦੇ ਹੁੰਦੀਆਂ। ਜਦੋਂ ਮੈਨੂੰ ਇਹ ਲੱਗਦਾ ਕਿ ਜਦੋਂ ਹੁਣ ਚੋਣ ਜਾਬਤਾ ਲੱਗ ਗਿਆ ਸੀ, ਉਹ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੂੰ ਆਪਣੇ ਸਵਾਲਾਂ ਨੂੰ ਮੀਡੀਆ ਰਾਹੀਂ, ਆਪਣੇ ਸਵਾਲਾਂ ਨੂੰ ਉਮੀਦਵਾਰਾਂ ਰਾਹੀਂ, ਆਪਣੇ ਸਵਾਲਾਂ ਨੂੰ ਪਾਰਟੀ ਦੇ ਪਲੇਟਫਾਰਮ ਰਾਹੀਂ ਚੁੱਕਣਾ ਚਾਹੀਦਾ ਸੀ। ਉਹ ਸਵਾਲ ਛੱਡਣੇ ਨਹੀਂ ਚਾਹੀਦੇ ਸੀ। ਪਰ ਪੰਜਾਬ ਦੇ ਵਿੱਚ ਕਿਸੇ ਸਮੇਂ ਜਦੋਂ ਖਾੜਕੂਵਾਦ ਦਾ ਦੌਰ ਸੀ, ਤਾਂ ਉਸ ਦੌਰ ਦੇ ਵਿੱਚ ਏਜੰਸੀਆਂ ਦੇ ਬੰਦੇ, ਸ਼ਰਾਰਤੀ ਬੰਦੇ ਆਪਣੀਆਂ ਦੁਸ਼ਮਣੀਆਂ ਵੀ ਕਈ ਕੱਢ ਕੇ ਅਤੇ ਨਾਂ ਉਹਨਾਂ ਦੇ ਲੱਗਦੇ ਸੀ। ਕਿਤੇ ਹੁਣ ਇਹ ਤਾਂ ਨਹੀਂ ਹੋ ਰਿਹਾ ਕਿ ਕਿਸਾਨਾਂ ਦੇ ਨਾਂ ਦੇ ਉੱਤੇ ਕੋਈ ਹੋਰ ਵੀ ਸ਼ਰਾਰਤਾਂ ਚੱਲ ਰਹੀਆਂ ਹੋਣ? ਅੱਜ ਪੰਜਾਬ ਦੀਆਂ ਚਾਹੇ ਆਮ ਆਦਮੀ ਪਾਰਟੀ ਦੇ ਲੀਡਰਸ਼ਿਪ ਨੇ, ਚਾਹੇ ਕਾਂਗਰਸੀ ਲੀਡਰਸ਼ਿਪ ਨੇ, ਚਾਹੇ ਅਕਾਲੀ ਲੀਡਰਸ਼ਿਪ ਹੈ, ਅਤੇ ਚਾਹੇ ਭਾਜਪਾ ਦੇ ਉਮੀਦਵਾਰ ਨੇ, ਸਵਾਲ ਸਾਰਿਆਂ ਨੂੰ ਹੋਣੇ ਬਣਦੇ ਨੇ। ਖਾਸ ਕਰਕੇ ਸੱਤਾ ਨੂੰ ਸਵਾਲ ਹੁੰਦੇ ਨੇ, ਇਸ ਲਈ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਹਵਾਲੇ ਨਾਲ ਔਰ ਕੇਂਦਰ ਦੇ ਹਵਾਲੇ ਨਾਲ ਭਾਜਪਾ ਨੂੰ ਸਵਾਲ ਹੋਣੇ ਬਣਦੇ ਆ, ਔਰ ਕਿਸਾਨ ਕਹਿੰਦੇ ਅਸੀਂ ਤੈਅ ਸ਼ਡਿਊਲ ਆ ਸਾਡਾ ਸਵਾਲ। ਪਰ ਉੱਥੇ ਦੋ ਧਿਰਾਂ ਨੇ, ਇੱਕ ਧਿਰ ਉਹ ਆ ਜਿਹੜੀ ਸ਼ੰਭੂ ਵਾਲੀ ਹੈ, ਇੱਕ ਧਿਰ ਉਹ ਆ ਜਿਹਨੂੰ ਕਹਿੰਦੇ ਰਾਜਨੀਤਿਕ ਧਿਰ, ਅਤੇ ਦੋਵੇਂ ਧਿਰਾਂ ਆਪਣੇ ਆਪਣੇ ਪਲੇਟਫਾਰਮ 'ਤੇ ਆਪਣੇ ਆਪਣੇ ਪ੍ਰੋਗਰਾਮ ਲਿਖਦੀਆਂ ਨੇ। ਅਤੇ ਇਹਦੇ ਵਿੱਚ ਕਹਿੰਦੇ ਜੀ ਸਭ ਤੋਂ ਵੱਧ ਹੰਸਰਾਜ ਕਹਿੰਦਾ ਮੈਂ ਸ਼ਿਕਾਰ ਹੋ ਰਿਹਾ। ਅਸਲ 'ਚ ਹੰਸਰਾਜ ਕੋਲ ਕਲਾਕਾਰੀ ਵਾਲਾ ਦਿਮਾਗ ਵੀ ਹੈ, ਅਤੇ ਉਹਨੂੰ ਉਹ ਵਰਤਣਾ ਵੀ ਆਉਂਦਾ। ਉਹ ਇਸ ਚੀਜ਼ ਨੂੰ ਵਿਚਾਰਾ ਬਣ ਕੇ ਇਹ ਪੇਸ਼ ਕਰਨ ਜਾ ਰਿਹਾ ਕਿ ਇਹ ਹੰਸਰਾਜ ਦਾ ਵਿਰੋਧ ਨਹੀਂ ਆ, ਇਹ ਤਾਂ SCBC ਭਾਈਚਾਰੇ ਦਾ ਵਿਰੋਧ ਹੈ। ਅਤੇ ਉਹ ਇਹ ਦਿਖਾਉਣਾ ਚਾਹੁੰਦਾ ਕਿ ਦੇਖੋ ਜੀ ਜੱਟ ਸਿਰੀਆਂ ਨਾਲ ਐਂ ਕਰਦੇ ਜੀ ਐਂ ਕਰਦੇ, ਉਹ ਇਹ ਮਾਹੌਲ ਬਣਾ ਰਿਹਾ। ਪਿੰਡ ਦੇ ਵਿੱਚ ਜਿਹੜੇ 'ਚ ਪ੍ਰੋਗਰਾਮ ਰੱਖਿਆ ਹੁੰਦਾ, ਉਹ ਇਹ ਦਿਖਾਉਂਦਾ ਕਿ ਦੇਖੋ ਪਿੰਡ ਦੇ ਦਲਿਤ ਭਾਈਚਾਰੇ ਨੂੰ ਪ੍ਰੋਗਰਾਮ ਕਰਨ ਦਿੱਤਾ, ਉਹ ਇਹਦੇ ਨਾਲ ਪਾੜਾ। ਅਤੇ ਫਿਰ ਇੱਕ ਉਹਦਾ ਬਿਆਨਬਾਜ਼ੀ, ਇੱਕ ਦਿਨ ਤਾਂ ਪਹਿਲਾਂ ਉਹ ਕਹਿੰਦਾ ਕਿ ਮੈਂ ਕਿਸਾਨਾਂ ਦਾ ਸੇਵਾਦਾਰ ਹਾਂ ਜੀ, ਮੈਂ ਉਹਨਾਂ ਤੋਂ ਵੱਖ ਥੋੜ੍ਹਾ, ਮੈਂ ਤਾਂ ਉਹਨਾਂ ਦਾ ਹਨੂੰਮਾਨ ਬਣ ਕੇ ਕੰਮ ਕਰੂੰਗਾ ਜੀ, ਉਹਨਾਂ ਦਾ ਸੁਨੇਹਾ ਲੈ ਕੇ ਦਿੱਲੀ ਜਾਊਂਗਾ। ਅਤੇ ਦੂਏ ਪਾਸੇ ਉਹ ਕਹਿੰਦਾ ਕਿ 4 ਤਰੀਕ ਨੂੰ ਦੇਖਿਓ ਮੇਰੇ ਪੈਰਿਆਂ ਚਾਹ ਕੇ ਪਹਿਣਗੇ। ਹੁਣ ਉਹ ਕਹਿੰਦਾ ਕਿ ਨਹੀਂ, ਮੈਂ ਕਿਸਾਨਾਂ ਲਈ ਥੋੜ੍ਹਾ ਕਿਹਾ ਸੀ, ਉਹ ਤਾਂ ਉੱਥੇ ਲੋਕਲ ਪਿੰਡ ਦੇ 2-4 ਬੰਦਿਆਂ ਲਈ ਕਿਹਾ ਸੀ। ਹੁਣ ਜਦੋਂ ਕੱਲ੍ਹ ਮੋਦੀ ਦੀ ਰੈਲੀ ਸੀ ਪਟਿਆਲੇ, ਤਦ ਕਿਸਾਨਾਂ ਨੇ ਉੱਥੇ ਜਾਂਦੇ ਭਾਜਪਾ ਦੇ ਸਮਰਥਕਾਂ ਦੀਆਂ ਬੱਸਾਂ ਰੋਕੀਆਂ, ਉਹ ਵੀ ਗਲਤ ਸੀ। ਜਿਹੜਾ ਅਗਲਾ ਜਿਹੜੀ ਪਾਰਟੀ ਲਈ ਜਾਣਾ ਚਾਹੁੰਦਾ, ਹੁਣ ਚੋਣ ਪ੍ਰਚਾਰ ਹੈ, ਅਗਲਾ ਅੱਜ ਵੀ ਜਾਣਾ ਚਾਹੀਦਾ। ਅਤੇ ਉੱਥੇ ਦੂਏ ਪਾਸੇ ਪੁਲਿਸ ਕਿਸਾਨਾਂ ਨੂੰ ਰੋਕਣ ਲਈ ਲਾਈ ਸੀ, ਉਹ ਵੀ ਗਲਤ ਹੈ। ਜੇ ਲੋਕਤੰਤਰਕ ਤਰੀਕੇ ਨਾਲ ਕਿਸਾਨ ਉਸ ਰੈਲੀ ਜਾ ਕੇ ਆਪਣੀ ਗੱਲ ਰੱਖਣਾ ਚਾਹੁੰਦੇ ਨੇ, ਤਾਂ ਤੁਸੀਂ ਕਿਉਂ ਰੋਕ ਰਹੇ ਹੋ ਵੀ? ਸੋ ਇਹਦਾ ਮਤਲਬ ਸਰਕਾਰ ਵੀ ਉਸ ਕੰਮ 'ਚ ਲੱਗੀ ਹੈ ਕਿ ਉਹਨੂੰ ਰੋਕੋ। ਜੀਰਕਪੁਰ ਤੋਂ ਲੈ ਕੇ ਪਟਿਆਲੇ ਤੱਕ 60 ਕਿਲੋਮੀਟਰ ਦਾ ਰਸਤਾ ਰੋਕਣ ਦੇ ਲਈ 1100 ਕਿਲੋਮੀਟਰ ਤੋਂ ਪੁਲਿਸ ਬੁਲਾਈ ਵੀ ਸੀ, ਗੁਜਰਾਤ ਤੋਂ ਅਹਿਮਦਾਬਾਦ ਦੀ ਪੁਲਿਸ ਲਾਈ ਵੀ ਸੀ ਇੱਥੇ। ਸੋ ਇਸ ਲਈ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਦੇ ਨਾਂ ਹੇਠ ਹੋ ਰਹੀ ਹੈ ਰਾਜਨੀਤੀ ਦਾ, ਇਹ ਤਰ੍ਹਾਂ ਫਾਇਦਾ ਚੱਕਣ 'ਚ ਆ ਗਈਆਂ ਔਰ ਇਹਦਾ ਉਹ ਫਾਇਦਾ ਚੱਕ ਰਹੀਆਂ ਨੇ। ਔਰ ਕੋਈ ਸ਼ੱਕ ਨਹੀਂ ਗਾ ਕਿ ਇਹਦੇ ਨਾਲ ਹੰਸਰਾਜ ਦੇ ਗ੍ਰਾਫ 'ਚ ਮਾੜਾ ਮੋਟਾ ਵਾਧਾ ਹੋਇਆ ਔਰ ਵਿਰੋਧੀ ਉਮੀਦਵਾਰਾਂ ਲਈ ਨੁਕਸਾਨ ਵੀ ਹੋਣਾ ਇਹਦਾ। ਅਤੇ ਦੂਸਰੇ ਪਾਸੇ ਇਸੇ ਤਰ੍ਹਾਂ ਉਹ ਇੱਕੋ ਜਿਹੜੀ ਘਟਨਾ ਵਾਪਰਦੀ ਆ, ਜਿਹੜੀ ਉਹ ਆਪਣਾ ਦੁਕਾਨ ਦੇ ਬਾਹਰ, ਉਸ ਦੇ ਹਵਾਲੇ ਨਾਲ ਵੀ ਮਤਲਬ ਕਿ ਇਹ ਸਵਾਲ ਖੜਾ ਹੋਇਆ ਕਿ ਕੀ ਪੰਜਾਬ ਦੇ ਵਿੱਚ ਜੱਟ ਬਨਾਮ SCBC ਔਰ ਜੱਟ ਬਨਾਮ ਵਪਾਰੀ ਵਰਗ, ਬਾਣੀਆਂ ਵਰਗ, ਜਾਂ ਦੁਕਾਨਦਾਰ ਵਰਗ, ਜਾਂ ਹਿੰਦੂ ਵਰਗ, ਇਹ ਮੁੱਦੇ 'ਤੇ ਵੀ ਲਿਆਉਣ ਦੀ ਕੋਸ਼ਿਸ਼ ਕੀਤੀ ਹੈ। ਜਦੋਂ ਕਿ ਮੈਂ ਇਸ ਮਸਲੇ 'ਚ ਨਿਸ਼ਚਿੰਤ ਆ ਕਿ ਪੰਜਾਬ 'ਚ ਜਿੰਨਾ ਮਰਜ਼ੀ ਜ਼ੋਰ ਲੈ ਲਓ, ਭਾਈਚਾਰੇ ਦੀ ਵੰਡ ਨਹੀਂ ਹੋ ਸਕਦੀ। ਅਸੀਂ 47 ਵਾਲਾ ਵੀ ਦੌਰ ਹੰਢਾਇਆ, ਆਪਾਂ 84 ਵਾਲਾ ਵੀ ਦੌਰ ਹੰਢਾਇਆ, ਦਿੱਲੀ ਚਾਹੇ ਸਿੱਖ ਕਤਲੇਆਮ ਹੁੰਦਾ ਅਤੇ ਚਾਹੇ ਦਰਬਾਰ ਸਾਹਿਬ 'ਤੇ ਅਟੈਕ ਹੁੰਦਾ, ਪਰ ਪੰਜਾਬ ਦੀ ਭਾਈਚਾਰਕ ਸਾਂਝ ਨਹੀਂ ਟੁੱਟੀ। ਸੋ ਇਸ ਲਈ ਇਹ ਸਿਆਸੀ ਭਾਵ ਉਹ ਨੇ
ਸ਼ੜਯੰਤਰ ਨੇ ਅਤੇ 3 ਤਰੀਕ ਤੱਕ 4 ਤਰੀਕ ਤੱਕ ਨਤੀਜਿਆਂ ਤੱਕ ਨੇ, ਉਹ ਤੋਂ ਸਾਰਾ ਕੁਛ ਖਾਮਾ ਹੋਜੂਗਾ। ਪਰ ਕਿਸਾਨੀ ਮਸਲਾ ਵੀ ਉੱਥੇ ਖੜ੍ਹਾ ਅਤੇ ਪੰਜਾਬ ਦੇ ਛੋਟੇ ਦੁਕਾਨਦਾਰ ਵਪਾਰੀ ਦਾ ਮਸਲਾ ਵੀ ਉੱਥੇ ਖੜ੍ਹਾ। ਭਾਜਪਾ ਤਾਂ ਉਹਦਾ ਵੀ ਹੱਲ ਨਹੀਂ ਕਰ ਪਾ ਰਹੀ। ਜਿਨ੍ਹਾਂ ਦੀ ਹਿਤੈਸ਼ੀ ਬਣਨ ਦੀ ਕੋਸ਼ਿਸ਼ ਕਰਦੀ ਆ ਉਹਨਾਂ ਦੇ ਕਿਹੜਾ ਮਸਲੇ ਹੱਲ ਕਰਦੀ ਆ, ਜਿਨ੍ਹਾਂ ਦਮ ਭਰਦੀ ਆ ਉਹਨਾਂ ਦਾ ਕਿਹੜਾ ਮਸਲੇ ਹੱਲ ਕਰ ਪਾਉਂਦੀ ਆ। ਜੇ ਇੰਨਾ ਹੀ ਤੁਸੀਂ ਹਿੰਦੂ ਵਾਦੀ ਸੀਗੇ ਤਾਂ ਫਿਰ ਪੰਜਾਬ ਦੇ ਵਿੱਚ ਸਿੱਖ ਚਿਹਰੇ ਸ਼ਾਮਿਲ ਕਾਹਨੂੰ ਕੀਤੇ ਸੀ? ਫਿਰ ਲੜਾਉਂਦੇ ਆਪਣੇ ਵਰਕਰਾਂ ਨੂੰ? ਤੁਸੀਂ ਤਾਂ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਨਾਲ ਵੀ ਧੋਖਾ ਕੀਤਾ। ਸੋ ਇਸ ਲਈ ਇਹ ਸਾਰਾ ਸਿਆਸੀ ਡਰਾਮੇਬਾਜ਼ੀ ਆ, ਇਹਦੇ ਵਿੱਚੋਂ ਇਹਦੀ ਕੋਸ਼ਿਸ਼ ਆ, ਉਹ 'ਚ ਕਾਮਯਾਬ ਨਹੀਂ ਹੋਣਗੇ। ਪਰ ਸਵਾਲ ਇਹ ਵੀ ਕਿ ਜਿਵੇਂ ਕਿਸਾ ਜਿਵੇਂ ਲੀਡਰਾਂ ਨੂੰ ਜਿਹੜੇ ਉਮੀਦਵਾਰ ਉਹਨਾਂ ਨੂੰ ਵੋਟਾਂ ਮੰਗਣ ਦਾ ਰਾਈਟ ਆ, ਪ੍ਰਚਾਰਕਾਂ ਦਾ ਵੀ ਰਾਈਟ ਆ, ਪਰ ਕਿਸਾਨ ਜਿਵੇਂ ਗੱਡੀਆਂ ਪਿੱਛੇ ਭੱਜ ਰਹੇ ਨੇ, ਗੱਡੀਆਂ ਰੋਕ ਨੇ, ਸ਼ੀਸ਼ੇ ਭੰਨ ਰਹੇ ਨੇ ਜਿਵੇਂ ਹੰਸਰਾਜ, ਉਹਦੇ 'ਚ ਸਹੀ ਨਹੀਂ ਆ ਤੁਹਾਡੇ ਮੁਤਾਬਿਕ? ਅਤੇ ਪਰ ਕੀ ਜਿਹੜੇ ਕਿਸਾਨ ਸਾਡੇ ਲੀਡਰ ਨੇ ਜਿਨ੍ਹਾਂ ਦਾ ਤਜਰਬਾ ਬੋਲਦਾ ਜ਼ਿੰਦਗੀਆਂ ਗਾਲਤੀਆਂ, ਉਹ ਕਿਉਂ ਚੁੱਪ ਨੇ? ਨਹੀਂ, ਲੀਡਰਾਂ ਦੇ ਹਵਾਲੇ ਨਾਲ ਜੇ ਤੁਸੀਂ ਸਮਝਣਾ ਹੋਵੇ ਤਾਂ ਆਪਾਂ ਦਿੱਲੀ ਇਹ ਵਰਤਾਰਾ ਦੇਖਿਆ। ਦਿੱਲੀ ਕਿੰਨਾ ਕੁ ਲੀਡਰਾਂ ਦੇ ਕੰਟਰੋਲ 'ਚ ਸੀ ਅੰਦੋਲਨ, ਲੋਕਾਂ ਨੇ ਆਪ ਮਹਾਰੇ ਚਲਾਇਆ, ਹੈ ਨਾ। ਇਹ ਠੀਕ ਹੈ ਕਿ ਉਸ ਸਮੇਂ ਲੋਕਾਂ ਜਾਪਤੇ 'ਚ ਆਪ ਮਹਾਰੇ ਰਹੇ, ਇਸ ਲਈ ਹੁਣ ਇੱਥੇ ਪਿੰਡ ਪੱਧਰ ਦੇ ਉੱਤੇ, ਸ਼ਹਿਰ ਪੱਧਰ ਦੇ ਉੱਤੇ ਇੰਨੀਆਂ ਜਥੇਬੰਦੀਆਂ ਨੇ, ਇੰਨੀਆਂ ਯੂਨੀਅਨਾਂ ਨੇ, ਇੰਨੇ ਸੰਗਠਨ ਨੇ, ਅਤੇ ਹਰੇਕ ਵਿਅਕਤੀ ਕੈਮਰੇ ਦੇ ਮੂਹਰੇ ਆਉਣ ਦੇ ਲਈ, ਵੀਡੀਓ 'ਚ ਆਉਣ ਦੇ ਲਈ ਉਹ ਵੀ ਕੋਸ਼ਿਸ਼ ਕਰਦਾ। ਸੋ ਉਹਦੇ ਵਿੱਚੋਂ ਵੀ ਇਹ ਵਾਪਰ ਰਿਹਾ। ਹਾਂ, ਤੁਹਾਡੀ ਗੱਲ ਇਹ ਦਰੁਸਤ ਹੈ ਕਿ ਜਥੇਬੰਦੀਆਂ ਦੇ ਮੁਖੀਆਂ ਨੂੰ ਇੱਕ ਸਾਂਝਾ ਪ੍ਰੋਗਰਾਮ ਦੇਣਾ ਚਾਹੀਦਾ। ਬੇਸ਼ੱਕ ਉਹ ਇਹ ਕਹਿੰਦੇ ਨੇ ਕਿ ਅਸੀਂ ਸਵਾਲ ਦਿੱਤੇ ਨੇ, ਸਵਾਲਾਂ ਨੂੰ ਪੁੱਛੋ, ਪਰ ਸਰਕਾਰਾਂ ਦੀ ਵੀ ਫਿਰ ਜ਼ਿੰਮੇਵਾਰੀ ਬਣਦੀ ਹੈ। ਉਹ ਕਹਿਣ ਕਿ ਭਾਈ ਆਪਣੇ 25 ਨੁਮਾਇੰਦੇ, 50 ਨੁਮਾਇੰਦੇ, ਪੰਜਾਬ 'ਚ 100 ਨੁਮਾਇੰਦੇ, ਜ਼ਿਲ੍ਹਾ ਵਾਈਜ ਨੁਮਾਇੰਦਿਆਂ ਦੀ ਸੂਚੀ ਦੇ ਦਿਉ, ਇਹ ਆ ਕੇ ਸਵਾਲ ਪੁੱਛ ਲਿਆ ਕਰ। ਸੋ ਇਹੋ ਜਿਹਾ ਕੁਛ ਪ੍ਰੋਗਰਾਮ ਲਿਖਣ ਦੀ ਲੋੜ ਆ, ਸਿਸਟਮੈਟਿਕ ਚੱਲਣ ਦੀ ਲੋੜ ਸੀ। ਇਹਦੇ ਨਾਲ ਜਥੇਬੰਦੀਆਂ ਨੂੰ ਨੁਕਸਾਨ ਹੋਣਾ, ਉਹਨਾਂ ਦੀ ਬਦਨਾਮੀ ਵੱਧ ਜਾਣੀ। ਪਰ ਤੁਹਾਨੂੰ ਲੱਗਦਾ ਨਾ ਕਿ ਇਹੋ ਜਿਹੀਆਂ ਚੀਜ਼ਾਂ ਨਿੱਕ ਛੋਟੀਆਂ ਮੋਟੀਆਂ ਘਟਨਾਵਾਂ ਵੱਧਦੀਆਂ ਵੱਧਦੀਆਂ ਲੋਕੀ ਕਹਿਣਗੇ ਪੰਜਾਬ ਦੇ ਤਾਂ ਕੰਮ ਹੀ ਇਹ ਯਾਰ, ਇੱਥੇ ਤਾਂ ਆਰਕੀ ਸਿਸਟਮ ਜਿਹਾ, ਇੱਦਾਂ ਹੀ ਚੱਲਦਾ। ਪੱਛਮੀ ਬੰਗਾਲ ਨੇ ਇਹੋ ਜਿਹੇ ਸਿਸਟਮ ਦਾ ਨੁਕਸਾਨ ਝੱਲਿਆ। ਤੁਸੀਂ ਇਹ ਦੇਖ ਲਓ ਕਿ ਪੱਛਮੀ ਬੰਗਾਲ 'ਚੋਂ ਸਾਰੀ ਇੰਡਸਟਰੀ ਨਿਕਲ ਕੇ ਮੁੰਬਈ ਸ਼ਿਫਟ ਹੋ ਗਈ, ਮਹਾਰਾਸ਼ਟਰ 'ਚ ਚਲੀ ਗਈ। ਉਹ ਇਸੇ ਕਾਰਨ ਸੀਗਾ ਕਿ ਉੱਥੇ ਕੰਟਰੋਲ ਨਹੀਂ ਹੋ ਸਕਿਆ। ਸੋ ਇਹ ਵੀ ਹੁਣ 5500 ਗੱਡੀ ਬੰਦ ਰਹੀ ਆ, ਰੇਲ ਗੱਡੀ, ਹੈ ਨਾ। ਅਤੇ ਤੁਸੀਂ ਇਹ ਹਿਸਾਬ ਲਾ ਲਓ ਕਿ 5500 ਰੇਲ ਗੱਡੀ ਜੇ ਪ੍ਰਭਾਵਿਤ ਹੁੰਦੀ ਹੈ ਤਾਂ ਕਰੋੜਾਂ ਦਾ ਨੁਕਸਾਨ ਹੁੰਦਾ। ਹਰਿਆਣੇ ਦਾ ਤਾਂ ਹੋਇਆ ਨਹੀਂ, ਦਿੱਲੀ ਦਾ ਤਾਂ ਹੋਇਆ ਨਹੀਂ ਨੁਕਸਾਨ, ਪੰਜਾਬ ਦੇ ਵਪਾਰੀ ਦਾ ਹੋਇਆ, ਫਿਰ ਨਾਰਾਜ਼ਗੀ ਕਿਹਦੇ ਨਾਲ ਨਿਕਲੂਗੀ? ਇੱਥੋਂ ਹੀ ਰੋਸਾ ਪੈਣਾ ਸ਼ੁਰੂ ਹੁੰਦਾ ਨਾ। ਸਾਡੀਆਂ ਜਥੇਬੰਦੀਆਂ ਨੂੰ ਇਹ ਸੋਚ ਕੇ ਵੀ ਕੋਈ ਚੱਲਣ ਦੀ ਲੋੜ ਹੈ ਕਿ ਕਿਤੇ ਅਸੀਂ ਆਪਣੇ ਭਾਈਚਾਰੇ ਨੂੰ, ਜਿਹੜਾ ਸਾਡੇ ਨਾਲ ਖੜਾ, ਉਹਨੂੰ ਤਾਂ ਨਹੀਂ ਦੂਰ ਕਰੀ ਜਾਂਦੇ। ਸੋ ਇਸ ਨੀਤੀ ਤੋਂ ਵੀ ਕੰਮ ਦੀ ਲੋੜ ਆ। ਔਰ ਸਿਆਸਤ ਨੂੰ, ਸਿਆਸਤਦਾਨਾਂ ਨੂੰ, ਸਿਆਸੀ ਧਿਰਾਂ ਨੂੰ, ਭਾਜਪਾ ਨੂੰ ਤਾਂ ਇਹਦਾ ਫਾਇਦਾ ਮਿਲਣਾ। ਉਹ ਇਸ ਲੜਾਈ 'ਚੋਂ ਆਪਣਾ, ਤੁਸੀਂ ਇਹ ਦੇਖੋ ਕਿ ਬੀਜੇਪੀ ਇਹ ਮੰਨ ਕੇ ਚੱਲ ਰਹੀ ਹੈ ਕਿ ਪਿੰਡਾਂ 'ਚੋਂ ਸਾਨੂੰ ਵੋਟ ਪੈਣੀ ਨਹੀਂ, ਉਹਨਾਂ ਦਾ ਫੋਕਸ ਸਿਰਫ ਸ਼ਹਿਰਾਂ 'ਤੇ ਆ। ਅਤੇ ਕੇਜਰੀਵਾਲ ਆ 30 ਤਰੀਕ ਤੱਕ ਪੰਜਾਬ ਹੋਣਾ, ਤੁਸੀਂ ਗੌਰ ਕਰ ਲਿਓ। ਕੇਜਰੀਵਾਲ ਨੇ ਪ੍ਰੋਗਰਾਮ ਇਹੀ ਬਣਾਇਆ ਕਿ ਮੈਂ ਸ਼ਹਿਰਾਂ 'ਤੇ ਫੋਕਸ ਕਰਨਾ, ਭਗਵੰਤ ਮਾਨ ਪਿੰਡਾਂ 'ਚ ਦੇਖੂਗਾ। ਇਹ ਨੀਤੀ ਬਣ ਗਈ ਆਮ ਆਦਮੀ ਪਾਰਟੀ ਦੀ। ਇਹਦਾ ਮਤਲਬ ਉਹਨਾਂ ਨੂੰ ਇਹ ਲੱਗਦਾ ਕਿ ਸ਼ਹਿਰਾਂ 'ਤੇ ਫੋਕਸ ਕਰੋ, ਸ਼ਹਿਰਾਂ ਦੀ ਵੋਟ ਐਕਤੀ ਤਬਦੀਲੀ ਲਿਆ ਸਕਦੀ ਹੈ, ਕੁਛ ਵੀ ਬਦਲਾ ਸਕਦੀ ਹੈ। ਸੋ ਇਹ ਜਿਹੜੀ ਸਥਿਤੀ ਬਣੀ ਆ ਕਿ ਪੰਜਾਬ ਇੱਕ ਸੁਰ 'ਚ ਸੋਚਦਾ ਸੀ, ਜੇ ਆਮ ਆਦਮੀ ਪਾਰਟੀ ਦੇ 92 ਉਮੀਦਵਾਰ ਜਿੱਤੇ ਨੇ ਤਾਂ ਸਾਰੇ ਪੰਜਾਬ ਨੇ ਇੱਕ ਸੁਰ 'ਚ ਸੋਚਿਆ ਨਾ। ਇੱਥੇ ਨਾ ਜਾਤ ਚੱਲੀ, ਨਾ ਫਿਰਕਾ ਚੱਲਿਆ, ਨਾ ਧਰਮ ਚੱਲਿਆ, ਨਾ ਖੇਤਰ ਚੱਲਿਆ। ਸੋ ਪਰ ਜੇ ਆਹ ਕਾਰੇ ਵਾਪਰਦੇ ਰਹੇ, ਸਰਕਾਰ ਦੀਆਂ ਚਾਲਾਂ, ਭਾਜਪਾ ਦੀਆਂ ਚਾਲਾਂ, ਕਿਸਾਨ ਜਥੇਬੰਦੀਆਂ ਦੇ ਨਾਂ 'ਤੇ ਹੋ ਰਹੀਆਂ ਗਲਤੀਆਂ, ਤਾਂ ਫਿਰ ਖਮਿਆਜ਼ਾ ਪੰਜਾਬ ਨੂੰ ਵੀ ਭੁਗਤਣਾ ਪੈਣਾ।